ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਅਤੇ ਚੈਨਲ ਪੰਜਾਬ ਇੱਧਰ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ 4 ਜੂਨ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਲੈ ਕੇ ਰਾਤ ਤੱਕ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਲਈ ਸਾਂਝੀ ਕਰਨ ਲਈ ਹਾਜ਼ਰ ਹੋ ਗਏ ਹਾਂ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਬੱਦਲਬਾਈ ਬਣ ਸਕਦੀ ਹੈ ਅਤੇ ਨਾਲ ਜਿਹੜੀ ਹਲਕੀ ਤੋਂ ਲੈ ਕੇ ਦਰਮਿਆਨਾ ਬਰਸਾਤ ਹੋਣ ਦੇ ਚਾਂਸ ਨੇ, ਤਾਂ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਮੇਨ ਤੌਰ 'ਤੇ ਜਿਹੜੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਹੋਣਗੇ। ਇਹਨਾਂ ਜ਼ਿਲ੍ਹਿਆਂ ਵਿੱਚ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਹੋ ਸਕਦਾ ਕਿ ਅੱਜ ਸ਼ਾਮ ਤੋਂ ਲੈ ਕੇ ਰਾਤ ਤੱਕ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਲੈ ਕੇ ਦਰਮਿਆਨੀ ਜਿਹੜਾ ਮੀਂਹ ਪੈਣ ਦੇ ਆਸਾਰ ਬਣ ਸਕਦੇ ਨੇ। ਸੋ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਗੱਲ ਕਰੀਏ ਤਾਂ ਜਿਵੇਂ ਮੁਕਤਸਰ ਹੋ ਗਿਆ, ਫਾਜ਼ਿਲਕਾ ਹੋ ਗਿਆ, ਬਠਿੰਡਾ, ਮਾਨਸਾ, ਸੰਗਰੂਰ ਅਤੇ ਕੁਝ ਭਾਗ ਪਟਿਆਲੇ ਦੇ ਹੋ ਜਾਣਗੇ। ਸੋ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਕੁਝ ਕੁ ਭਾਗਾਂ ਵਿੱਚ ਹੋ ਸਕਦਾ ਕਿ ਆਪਾਂ ਨੂੰ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਲੈ ਕੇ ਰਾਤ ਤੱਕ ਹਲਕਾ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਮੀਂਹ ਦੇਖਣ ਨੂੰ ਮਿਲ ਸਕਦਾ ਹੈ, ਜਿਨ੍ਹਾਂ ਦੇ ਵਿੱਚ ਇਲਾਕੇ ਜਿਵੇਂ ਅਬੋਹਰ ਹੋ ਗਿਆ, ਦੋਦੇਵਾਲਾ, ਲੰਬੀ, ਮਲੋਟ, ਗੁਰਥਾਰੀ, ਤਲਵੰਡੀ ਸਾਬੋ, ਸਰਦੂਲਗੜ੍ਹ, ਰਾਏਪੁਰ, ਮਾਨਸਾ, ਬੋਹਾ, ਲਹਿਰਾ ਗਾਗਾ, ਪਾਤੜਾਂ, ਸਮਾਣਾ ਅਤੇ ਇਸੇ ਤਰ੍ਹਾਂ ਪਟਿਆਲਾ ਹੋ ਗਿਆ, ਰਾਜਪੁਰਾ, ਨਾਭਾ, ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਕਿ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਪਰ ਬੱਦਲਬਾਈ ਪਹੁੰਚ ਸਕਦੀ ਹੈ ਅਤੇ ਕੁਝ ਇਲਾਕੇ ਬੱਦਲਬਾਈ ਦੇ ਨਾਲ ਖੁਸ਼ਕ ਵੀ ਰਹਿ ਸਕਦੇ ਨੇ। ਅਤੇ ਇਸ ਤੋਂ ਬਾਅਦ ਜੇਕਰ ਇੱਧਰ ਜੇ ਆਪਾਂ ਪਾਕਿਸਤਾਨ ਸਾਈਡ ਵੱਲ ਜਾਈਏ ਤਾਂ ਸਰਹੱਦੀ ਇਲਾਕਿਆਂ ਵਿੱਚ ਵੀ ਅੱਜ ਦੇਰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਬੱਦਲਬਾਈ ਦੇ ਨਾਲ ਗਰਜ ਚਮਕ ਅਤੇ ਹਲਕੀਆਂ ਮੀਂਹ ਦੀਆਂ ਬਿਸ਼ਾਰਾਂ ਦੇਖਣ ਨੂੰ ਮਿਲ ਸਕਦੀਆਂ ਨੇ। ਇਸਦੇ ਵਿੱਚ ਇਲਾਕੇ ਕਵਰ ਹੋਣਗੇ ਜਿਹੜੇ ਉਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਤਰਨ ਤਾਰਨ ਸਾਹਿਬ ਦੇ ਇਲਾਕੇ, ਫਿਰੋਜ਼ਪੁਰ, ਫਰੀਦਕੋਟ, ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਕਿ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿੱਚ ਵੀ ਹਲਕੀ ਕਿਣਮਿਣ ਆਪਾਂ ਨੂੰ ਦੇਰ ਰਾਤ ਨੂੰ ਦੇਖਣ ਨੂੰ ਮਿਲ ਸਕਦੀ ਹੈ। ਅਤੇ ਜੇਕਰ ਇਹ ਬੱਦਲਬਾਈ ਅੱਗੇ ਵੱਧਦੀ ਹੈ ਤਾਂ ਹੋ ਸਕਦਾ ਕਿ ਮੋਗਾ, ਜਗਰਾਉਂ, ਲੁਧਿਆਣਾ, ਜਲੰਧਰ, ਨਕੋਦਰ, ਇਸ ਤੋਂ ਇਲਾਵਾ ਫਿਲੌਰ, ਗੁਰਾਇਆ, ਇਹ ਆਪਣੇ ਨਵਾਂਸ਼ਹਿਰ ਤੱਕ ਦੇ ਇਲਾਕੇ ਸਾਰੇ ਬੱਦਲਬਾਈ ਦੇ ਹੇਠ ਕਵਰ ਹੋ ਗਏ। ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੀ ਤੋਂ ਲੈ ਕੇ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਦੇਰ ਰਾਤ ਤੱਕ। ਸੋ ਬਾਕੀ ਆਪਾਂ ਜਿਹੜੇ ਸਾਰੇ ਇਲਾਕੇ ਦੱਸੇ ਨੇ ਇਹਨਾਂ ਦਾ ਮਤਲਬ ਇਹ ਨਹੀਂ ਵੀ ਸਾਰੇ ਇਲਾਕਿਆਂ ਦੇ 100% ਮੀਂਹ ਪੈਣ ਦੇ ਚਾਂਸ ਹਨ। ਮੀਂਹ ਪੈਣ ਦੇ ਚਾਂਸ ਲਗਭਗ 50% ਤੱਕ ਹਨ। ਕੁਝ ਇਲਾਕਿਆਂ ਵਿੱਚ ਬੱਦਲਬਾਈ ਨਾਲ ਮੌਸਮ ਖੁਸ਼ਕ ਵੀ ਰਹਿ ਸਕਦਾ ਹੈ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਚਾਂਸ ਹੋ ਵੀ ਸਕਦੇ ਨੇ, ਕਿਉਂਕਿ ਇਹ ਮੌਸਮ ਇਹਨਾਂ ਦਿਨਾਂ ਵਿੱਚ ਇਸੇ ਤਰ੍ਹਾਂ ਆਉਂਦਾ ਹੈ ਕਿ ਅਚਾਨਕ ਇੱਕ ਇਲਾਕੇ ਵਿੱਚ ਮੀਂਹ ਪੈ ਜਾਂਦਾ ਅਤੇ ਨਾਲ ਦਾ ਇਲਾਕਾ ਖੁਸ਼ਕ ਰਹਿ ਜਾਂਦਾ ਹੈ। ਸੋ ਇਸੇ ਤਰ੍ਹਾਂ ਇਹ ਮੌਸਮੀ ਗਤੀਵਿਧੀਆਂ ਪਿਛਲੇ ਕਈ ਦਿਨਾਂ ਤੋਂ ਚੱਲਦੀਆਂ ਆ ਰਹੀਆਂ ਹਨ। ਸੋ ਬਾਕੀ ਆਉਣ ਵਾਲੇ ਸਮੇਂ ਦੀ ਜਾਣਕਾਰੀ ਜਿਹੜੀ ਉਹ ਵੀ ਆਪਾਂ ਤੁਹਾਡੇ ਨਾਲ ਸਮੇਂ ਸਮੇਂ 'ਤੇ ਸਾਂਝੀ ਕਰਦੇ ਰਹਾਂਗੇ। ਸੋ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਇੱਧਰ ਨਾਲ ਬਣੇ ਰਹੋ। ਧੰਨਵਾਦ।